ਹਾਏ ਫਰੈਂਡਸ, ਕਿਵੇਂ ਸਾਰੇ ਜਾਣੇ? ਅਤੇ ਅੱਜ ਤੁਹਾਨੂੰ ਆਪਾਂ ਇੱਕ ਹੋਰਰ ਸਟੋਰੀ ਸੁਣਾਉਂਦੇ ਹਾਂ ਜੀ। ਹੋ ਗਈ ਥੋੜ੍ਹਾ ਜਿਹਾ ਟਾਈਮ ਹੋ ਗਿਆ ਅਤੇ ਮੈਂ ਗਿਆ ਸੀਗਾ, ਕਹਿੰਦਾ ਭਾਵ ਮੇਰੇ ਫਰੈਂਡ ਨਾਲ, ਅਤੇ ਸਾਡੀ ਰਿਸ਼ਤੇਦਾਰੀ ਹੈਗੀ ਉੱਥੇ, ਕਹਿੰਦਾ ਭਾਵ ਮੂਨ ਕ ਨੇੜੇ ਹੈਗਾ ਇੱਕ, ਅਤੇ ਉੱਥੇ ਕਹਿੰਦਾ ਮੈਨੂੰ ਇੱਕ ਦਿਨ ਰਾਤ ਨੂੰ ਬੈਠੇ ਸੀਗੇ, ਗੱਲ ਸੁਣਾਉਣ ਲੱਗ ਗਿਆ। ਕਹਿੰਦਾ ਯਾਰ, ਕਹਿੰਦਾ ਇੱਥੇ ਭੂਤਾਂ ਰਹਿੰਦੀਆਂ ਨੇਗੀਆਂ, ਦਰਖਤ ਹੈਗਾ ਥੋੜ੍ਹੇ ਟਾਈਮ ਦੂਰ ਜਾ ਕੇ ਮੰਡੀ ਕੋਲ। ਮੈਨੂੰ ਲੱਗਿਆ ਯਾਰ ਵੀ ਇਹ ਮਜ਼ਾਕ ਕਰ ਰਿਹਾ ਹੈਗਾ, ਵੀ ਚੱਲ ਨਾ ਕਰ ਦਊਗਾ, ਵੀ ਇਹ ਚੀਜ਼ ਕਿੱਥੇ ਹੁੰਦੀ ਹੈਗੀ, ਹੈ ਨਾ, ਅੱਜ ਦੇ ਟਾਈਮ 'ਚ ਕਿੱਥੇ ਮਿਲਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ। ਬਟ ਸਟਿੱਲ ਜਦੋਂ ਰਿਐਲਿਟੀ 'ਚ ਮੈਂ ਰਾਤ ਨੂੰ, ਕਹਿੰਦਾ ਭਾਵ ਅਸੀਂ ਸੈਰ ਕਰ ਰਹੇ ਸੀਗੇ 10:30 ਦੇ ਕਰੀਬਨ, ਪਰ ਸਾਨੂੰ ਪਤਾ ਨਹੀਂ ਸੀ ਵੀ ਕੀ ਚੱਲ ਰਿਹਾ ਕੀ ਨਾ। ਜਦੋਂ ਗਏ ਥੋੜ੍ਹਾ ਜਿਹਾ ਅੱਗੇ ਗਏ, ਜਿਵੇਂ ਜਿਵੇਂ ਹਨੇਰਾ ਵਧੀ ਜਾ ਰਿਹਾ ਸੀ, ਕਹਿੰਦਾ ਭਾਵ ਚੰਦ ਜਾ ਹੀ ਜਾ ਰਿਹਾ ਸੀ, ਜਾ ਹੀ ਜਾ ਰਿਹਾ ਸੀ ਅੱਗੇ, ਅਚਾਨਕ ਮੈਂ ਦੇਖਿਆ ਇੱਕ ਭੂਤ। ਕਹਿੰਦਾ ਭਾਵ ਲੰਬੇ ਲੰਬੇ ਵਾਲ ਉਹਦੇ, ਅਤੇ ਮੈਨੂੰ ਕਹਿਣ ਲੱਗ ਰਹੀ, ਕਹਿੰਦੀ ਪਛਾਣਿਆ ਨਹੀਂ ਮੈਨੂੰ, ਮੈਂ ਉਹੀ ਹਾਂ। ਹਾਂ ਕੌਣ ਜੀ? ਮੈਂ ਤਾਂ ਪਛਾਣਿਆ ਨਹੀਂ, ਕੌਣ ਹੋ ਤੁਸੀਂ? ਫਿਰ ਮੈਂ ਤਾਂ ਡਰਦਾ ਡਰਾਉਂਦਾ ਮੇਰੇ ਭਰਾ ਨੂੰ ਕਿਹਾ ਅਤੇ ਮੇਰੇ ਫਰੈਂਡ ਨੂੰ, ਹਾਂ ਬਾਈ ਚੱਲੋ ਛੇਤੀ ਇੱਥੋਂ, ਮੈਨੂੰ ਤਾਂ ਡਰ ਲੱਗ ਰਿਹਾ। ਹਾਂ ਜੀ, ਕਈ ਵਾਰ ਆਪ ਕੁਛ ਐਸਾ ਵੈਸਾ ਹੋ ਗਿਆ ਨਾ ਤਾਂ ਆਪਣੇ 'ਤੇ ਗੱਲ ਆ ਜੂਗੀ। ਅਤੇ ਕਹਿੰਦਾ ਭਾਵ ਉਸ ਰਾਤ ਤੋਂ ਮੈਨੂੰ ਨੀਂਦ ਨਹੀਂ ਆਈ ਪੂਰੀ, ਕਹਿੰਦਾ ਭਾਵ ਸਾਰੀ ਰਾਤ ਟੈਨਸ਼ਨ ਲੱਗੀ ਰਹੀ, ਬੁਰੇ ਹਾਲ। ਇਹ ਭੂਤ ਆਈ ਕਿੱਥੋਂ? ਇਹ ਕੀ ਚੀਜ਼? ਇਹ ਕਿਵੇਂ ਹੈ? ਇਹ ਕਿਵੇਂ ਹੋ ਸਕਦਾ ਵੀ ਭੂਤ ਪੋਸੀਬਲ? ਫਿਰ ਮੈਨੂੰ ਉਹਨੇ ਗੱਲ ਸੁਣਾਈ, ਕਹਿੰਦਾ ਵੀਰੇ ਇਹ ਹੁੰਦੀ ਨਹੀਂ, ਇਹ ਬਹੁਤ ਟਾਈਮ ਪਹਿਲਾਂ ਦੀ ਗੱਲ ਹੈਗੀ। ਇਹਨਾਂ ਦੀ ਕੋਈ ਫੈਮਿਲੀ ਸੀ ਅਤੇ ਫੈਮਿਲੀ 'ਚ ਅੱਗੇ ਰਿਲੇਟਿਵ ਸੀ, ਅਤੇ ਉਹਨਾਂ ਨੇ ਕਹਿੰਦੇ ਵੀ ਕੋਈ ਪਾਪ ਕਰਤਾ ਸੀ, ਅਤੇ ਕਹਿੰਦੇ ਵੀ ਕੁੜੀ ਨੂੰ ਮਾਰਤਾ ਸੀਗਾ, ਅਤੇ ਜਿਹਦੇ ਕਾਰਨ ਕਹਿੰਦੇ ਵੀ ਇੱਥੇ ਕਰਕੇ ਇਹ ਭੂਤ ਬਣ ਕੇ ਫੈਲ ਰਹੀ ਹੈ। ਇਹ ਹੁਣ ਜਿਹੜੇ ਕੁੜੀਆਂ ਮਾਰਦੇ ਨੇਗੇ ਉਹਨਾਂ ਸਾਰਿਆਂ ਨੂੰ ਡਰਾਉਂਦੀ ਹੈ, ਅਤੇ ਉਹਨਾਂ ਨੂੰ ਕਹਿੰਦੀ ਹੈ ਇਹ ਅਪਰਾਧ ਨਾ ਕਰੋ। ਜੇ ਕਈ ਵਾਰ ਨਾ ਕਰ ਵੀ ਲੱਗ ਰਹੇ ਹੁਣ ਤਾਂ ਚਿੰਬੜ ਜਾਂਦੀ ਉਹਨਾਂ ਨੂੰ ਜਾ ਕੇ, ਅਤੇ ਰੋਕਦੀ ਹਰ ਭੌਂ ਤੋਂ ਨਾ ਮਾਰੋ, ਕਿਉਂਕਿ ਇੱਕ ਗਲਤੀ ਕਾਰਨ ਇੱਕ ਵਿਚਾਰੀ ਜਿੰਦ ਮਰ ਜਾਂਦੀ ਹੈਗੀ। ਪਰ ਯਾਰ ਉਸ ਰਾਤ ਬਹੁਤ ਹੀ ਡਰਾਵਣੀ ਰਾਤ ਸੀ, ਅਤੇ ਉੱਲੂ ਕੂ ਕੂ ਕਰਦੇ ਜਾ ਰਹੇ ਸੀਗੇ, ਅਤੇ ਇੱਕਦਮ ਬਹੁਤ ਡਰਾਵਣੀ ਸੀ। ਉਹ ਤੋਂ ਅਗਲੇ ਦਿਨ ਅਸੀਂ ਗਏ, ਕਹਿੰਦਾ ਭਾਵ ਮੇਰੇ ਫਰੈਂਡ ਦੀ ਮੰਮੀ ਕਹਿੰਦੀ, ਕਹਿੰਦਾ ਬੇਟਾ ਆਪਾਂ ਕਿਸੇ ਬਾਬੇ ਕੋਲ ਚੱਲ ਕੇ ਆਉਂਦੇ ਹਾਂਗੇ, ਤੇਰਾ ਕੀ ਪਤਾ ਭੂਤ ਛੁਟਕਾਰਾ ਹੋ ਜੇ, ਕਈ ਵਾਰ ਰਾਤ ਕਰਕੇ ਤੂੰ ਥੈਟ ਨਾ ਆਵੇਂ। ਮੈਂ ਲੱਗਿਆ ਮੈਂ ਚੱਲਦੇ ਹਾਂ, ਚੱਲ ਕੋਈ ਗੱਲ ਨਹੀਂ, ਠੀਕ ਹੈ। ਅਤੇ ਫਿਰ ਉਹਨਾਂ ਕੋਲ ਗਏ, ਠੀਕ ਹੈ, ਬਾਬਾ ਜੀ ਕਹਿੰਦੇ ਵੀ ਤੁਸੀਂ ਉੱਥੇ ਕੀ ਕਰਨ ਗਏ ਸੀ, ਕਿਉਂ ਗਏ ਸੀਗੇ, ਕਿਉਂਕਿ ਉੱਧਰ ਆਪਾਂ ਨੂੰ ਨਹੀਂ ਜਾਣਾ ਚਾਹੀਦਾ, ਕਿਉਂਕਿ ਕੋਈ ਸਥਾਨ ਹੁੰਦਾ ਵੀ ਉਹ ਭੂਤਾਂ ਵਾਸਤੇ ਬਣਿਆ ਹੁੰਦਾ ਹੈਗਾ, ਆਪਣੇ ਵਰਗੇ ਬੰਦਿਆਂ ਵਾਸਤੇ ਨਹੀਂ ਹੁੰਦਾ। ਅਸੀਂ ਉਹਨਾਂ ਦੀ ਗੱਲ ਮੰਨ ਲਈ, ਪਰ ਮੇਰਾ ਦੋਸਤ ਸੀਗਾ ਇੱਕ ਹਰਸ਼, ਠੀਕ ਹੈ, ਉਹ ਗੱਲ ਮਜ਼ਾਕ 'ਚ ਹੀ ਲਈ ਜਾ ਰਿਹਾ ਸੀ, ਨਾ ਯਾਰ ਭੂਤਾਂ ਬਾਤਾਂ ਕਿੱਥੇ ਹੁੰਦੀਆਂ ਨੇ ਯਾਰ, ਇਹ ਤਾਂ ਉਈ ਬੋਲ ਮਾਰੀ ਜਾਂਦੇ ਨੇਗੇ, ਐਂ ਹੁੰਦੇ ਨੇਗੇ। ਅਸੀਂ ਤਾਂ ਕਹਿੰਦਾ ਭਾਵ ਅਸੀਂ ਤਾਂ ਡਰਦੇ ਮਾਰੇ ਅੰਦਰ ਬੈਠੇ, ਅਤੇ ਉਹਨੇ ਲਾ ਲਈ ਸਾਡੇ ਨਾਲ ਸ਼ਰਤ, ਕਹਿੰਦਾ ਬਈ ਲੱਗੀ ਸ਼ਰਤ, ਅੱਜ 12 ਵਜੇ ਦੇ ਤਕਰੀਬਨ ਜਾਂ 12 ਤੋਂ ਉੱਪਰ ਮੈਂ ਜਾਊਂਗਾ, ਉੱਥੇ ਦੇਖੂੰਗਾ ਵੀ ਕੋਈ ਭੂਤ ਪਾਤ ਹੈਗੀ ਹੈ, ਉਈ ਗੱਲਾਂ ਹੀ ਕਰੀ ਜਾਂਦੇ ਨੇਗੇ। ਅਤੇ ਫਿਰ ਉਹ ਗਿਆ, ਅਤੇ ਕਹਿੰਦਾ ਭਾਵ ਗੇਟ ਖੋਲ੍ਹਤਾ ਸੀ ਘਰ ਦਾ, ਅਤੇ ਰਾਹ 'ਚ ਤੁਰਿਆ ਹੀ ਜਾ ਰਿਹਾ, ਤੁਰਿਆ ਹੀ ਜਾ ਰਿਹਾ, ਤੁਰਿਆ ਹੀ ਜਾ ਰਿਹਾ, ਠੀਕ ਹੈ। ਅਤੇ ਲੱਗਿਆ ਯਾਰ ਜਿਵੇਂ ਮੇਰਾ ਕੋਈ ਪਿੱਛਾ ਕਰੀ ਜਾ ਰਿਹਾ, ਯਾਰ ਮੈਨੂੰ ਸਮਝ ਨਹੀਂ ਆ ਰਹੀ ਪਰ ਕੌਣ ਹੈਗਾ ਉਹ। ਫਿਰ ਮੁੜ ਕੇ ਦੇਖਿਆ ਕਰੇ, ਫਿਰ ਕੋਈ ਨਾ, ਫਿਰ ਅੱਗੇ ਗਿਆ, ਫਿਰ ਉਹਦੇ ਕੋਲ ਇਹਦੀ ਇੱਕ ਪਰਛਾਵਾਂ ਲੰਘਿਆ, ਅਤੇ ਉਹਨੂੰ ਫਿਰ ਨਾ ਸਮਝ ਆਈ ਯਾਰ ਕੌਣ ਹੈ ਇਹ, ਨਾ ਸਾਹਮਣੇ ਆਉਂਦਾ ਨਾ ਪਤਾ ਲੱਗ ਰਿਹਾ ਕੌਣ ਹੈ। ਅਤੇ ਫਿਰ ਅੱਗੇ ਗਿਆ, ਅਤੇ ਫਿਰ ਜਿੱਧਰ ਕਹਿੰਦਾ ਭਾਵ ਅਸੀਂ ਜਾ ਕੇ ਭੂਤ ਦੇਖੀ ਸੀ,
ਉਹ ਉਤਲੀ ਸਾਈਡ ਨੂੰ ਜਾਈ ਜਾ ਰਿਹਾ ਸੀ, ਜਾਈ ਜਾ ਰਿਹਾ ਸੀਗਾ ਅੱਗੇ। ਫਿਰ ਉਹਨੂੰ ਕੁਦਰਤੀ ਇੱਕ ਗੁੱਡੀ ਡਿੱਗੀ ਡਿੱਗੀ ਗੁੱਡੀ ਦੇ ਉੱਤੇ ਸੰਦੂਰ ਭਰਿਆ ਹੋਇਆ ਸੀ ਗੁੱਡੀ 'ਚ। ਅਤੇ ਉਹ ਦੇਖ ਕੇ ਹੈਰਾਨ ਹੋਇਆ, ਯਾਰ ਇਹ ਗੁੱਡੀ 'ਚ ਸੰਦੂਰ ਕਿਵੇਂ ਭਰਿਆ ਹੋਇਆ। ਫਿਰ ਅੱਗੇ ਗਿਆ, ਹੋਰ ਥੋੜ੍ਹੇ ਤਾਂ ਅੱਗੇ ਵਧਿਆ, ਕਹਿੰਦਾ ਫਿਰ ਯਾਰ ਮੇਰੇ ਦੋਸਤ ਤਾਂ ਉਹੀ ਬੋਲ ਮਰ ਜਾਂਦੇ ਯਾਰ, ਕਿਹੜੀ ਭੂਤ ਪਾਤ ਹੈ, ਕੁਛ ਨਹੀਂ ਹੁੰਦਾ ਹੈਗਾ ਐਵੇਂ। ਅਤੇ ਹੱਸਦਾ ਜਾ ਰਿਹਾ, ਮੁਸਕਰਾਉਂਦਾ ਜਾ ਰਿਹਾ, ਬੋਰੀ ਆਇਆ ਤੋਂ। ਅਤੇ ਅੱਗੇ ਗਿਆ, ਥੋੜ੍ਹਾ ਹੋਰ ਅੱਗੇ ਗਿਆ, ਅਤੇ ਜਿਹੜੀ ਬਚਾਲੜੀ ਸੜਕ ਜਾਂਦੀ ਹੈਗੀ ਮੁਕਤੀ ਦੀ ਮੰਦਰ ਕੋਲ ਦੀ, ਅਤੇ ਉੱਥੇ ਜਾ ਕੇ ਉਹਨੂੰ ਅਚਨਚੇਤ ਇੱਕ ਕੁੜੀ ਦਿੱਖੀ, ਕਾਲੇ ਲੰਬੇ ਵਾਲ, ਉੱਤੋਂ ਚਿੱਟੇ ਰੰਗ ਦੀ ਫਰੋਕ ਪਾ ਰੱਖੀ। ਕਹਿੰਦਾ ਬਾਈ ਤੂੰ ਮੈਨੂੰ ਪਾਣੀ ਪਿਲਾਉਣ ਆਇਆ ਹੈਗਾ। ਕਹਿੰਦਾ ਬਾਈ ਤੂੰ ਕੌਣ? ਕਹਿੰਦਾ ਮੈਂ ਪਛਾਣਿਆ ਨਹੀਂ। ਕਹਿੰਦਾ ਤੂੰ ਮੈਨੂੰ ਨਹੀਂ ਪਛਾਣਿਆ, ਕਹਿੰਦਾ ਜੀਰੀ ਡੀਕ 'ਚ ਤੂੰ ਇੱਥੇ ਆਇਆ ਹੈਗਾ। ਬਾਈ ਪੁੱਛਣਾ ਡਰ ਬੁਰਾ ਹਾਲ ਉਹਦਾ। ਅਤੇ ਫਿਰ ਮੁੜਦਾ ਭੱਜਦਾ ਭੱਜਦਾ ਸਿੱਧਾ ਘਰ ਨੂੰ ਆਇਆ, ਅਤੇ ਘਰ ਆ ਕੇ ਕਹਿੰਦਾ ਕਹਿੰਦਾ ਆਂਟੀ ਮੈਂ ਤਾਂ ਭੂਤ ਦੇਖ ਲਿਆ, ਆਂਟੀ ਭੂਤ ਦੇਖ ਲਿਆ। ਫਿਰ ਅਸੀਂ ਕਿਹਾ, ਅਸੀਂ ਤੈਨੂੰ ਕਿਹਾ ਸੀ ਨਾ ਵੀ ਭੂਤ ਹੀ ਹੈਗਾ, ਤੂੰ ਕਿਹੜਾ ਸਾਡੀ ਗੱਲ ਮੰਨੀ ਹੈਗੀ। ਫਿਰ ਉਹਦਾ ਵੀ ਸਾਡੇ ਵਾਲ ਹਾਲ ਬੁਰਾ ਹਾਲ। ਫਿਰ ਅਸੀਂ ਡਰਦੇ ਮਾਰੇ, ਆਂਟੀ ਕਹਿੰਦੀ ਪੁੱਤ ਤੁਸੀਂ ਵਾਪਸ ਚੱਲ ਜਾਓ, ਇੱਥੇ ਨਾ ਰਹੋ, ਕਈ ਵਾਰ ਜੇ ਸੋਨ ਨੂੰ ਚਿੰਬੜ ਗਈ ਕੰਮ ਕਸੂਤਾ ਹੋ ਜੂਗਾ। ਫਿਰ ਥੋੜ੍ਹੇ ਟਾਈਮ ਬਾਅਦ ਗੱਲ ਕਰਦੇ ਰਹੇ ਕਰਦੇ ਰਹੇ। ਫਿਰ ਇੱਕ ਕੇਸ ਉਹਨਾਂ ਦੇ ਕਹਿੰਦਾ ਭਾਵ ਗਵਾਂਢੀਆਂ ਦੇ ਆ ਗਿਆ, ਅਤੇ ਗਵਾਂਢੀਆਂ ਦੇ ਕੀ ਹੋਇਆ, ਕਹਿੰਦਾ ਭਾਵ ਅਸੀਂ ਅਗਲੇ ਦਿਨ ਜਾਣਾ ਸੀ, ਅਗਲੇ ਦਿਨ ਸਵੇਰੇ ਪਤਾ ਲੱਗਿਆ ਵੀ ਗਵਾਂਢੀਆਂ ਦੇ ਜਵਾਕ 'ਚ ਉਸ ਭੂਤ ਦਾ ਸਾਇਆ ਆ ਗਿਆ। ਅਤੇ ਅਸੀਂ ਪਰੇਸ਼ਾਨ ਯਾਰ, ਅਸੀਂ ਛੇਤੀ ਛੇਤੀ ਘਰਦਿਆਂ ਨੂੰ ਫੋਨ ਕਰਾ ਵੀ ਲੈ ਜਾਓ ਸਾਨੂੰ ਲੈ ਜਾਓ। ਅਤੇ ਕਹਿੰਦਾ ਭਾਵ ਪੂਰੇ ਉਸ 'ਚੋਂ ਬੁਰੇ ਹਾਲ, ਕਹਿੰਦੀ ਮੈਂ ਤਾਂ ਜਿੱਥੋਂ ਜਾਊਂਗੀ ਜਾਊਂਗੀ ਹੈ ਆ। ਫਿਰ ਕੀ ਅਸੀਂ ਤਾਂ ਛੇਤੀ ਛੇਤੀ ਆਏ ਕਰਦੇ ਅਤੇ ਤੁਰ ਗਏ ਬਾਹਰ ਨੂੰ, ਅਤੇ ਬਸ ਅੱਗੇ ਤੋਂ ਹੱਥ ਜੋੜ ਲਏ, ਲਾਏ ਕੰਨ, ਕਦੇ ਰਾਤ ਨੂੰ ਬਾਹਰ ਨਹੀਂ ਜਾਣਾ, ਕਿਉਂਕਿ ਕਈ ਵਾਰ ਗੱਲ ਜਿਹੜੀ ਹੁੰਦੀ ਹੈਗੀ ਭੂਤਾਂ ਲਈ ਸੱਚ ਵੀ ਹੁੰਦੀ ਹੈ, ਕਈ ਵਾਰ ਨਹੀਂ ਵੀ ਹੁੰਦੀ। ਅਤੇ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ, ਅਤੇ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ। ਦਾ ਲਾਸਟ ਸਟੋਰੀ ਉਹ ਫਰੈਂਡ ਉਨਕੋ